ਬਚਾਓ ਸੰਘਰਸ਼ ਸਮਿਤੀ ਵੱਲੋਂ ਆਰਥਿਕ ਆਧਾਰ ਤੇ ਜਨਰਲ ਵਰਗ ਨੂੰ 10% ਰਾਖਵਾ ਕਰਨ ਦੇਣ, 200 ਪੁਆਇੰਟ ਰੋਸਟਰ ਪ੍ਰਣਾਲੀ ਨੂੰ ਖਤਮ ਕਰਕੇ ਬਣਾਈ ਗਈ 13 ਪੁਆਇੰਟ ਰੋਸਟਰ ਪ੍ਰਣਾਲੀ ਅਤੇ ਏਵੀਐਮ ਦੇ ਵਿਰੋਧ ਚ ਸੰਵਿਧਾਨ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾ ਕੇ ਕੇਂਦਰ ਸਰਕਾਰ ਦੇ ਖਿਲਾਫ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਮਾਨਸਾ ਵਿੱਚ ਬਿਲਕੁਲ ਵੀ ਅਸਰ ਦਿਖਾਈ ਨਹੀਂ ਦਿੱਤਾ। ਸਮਿਤੀ ਵੱਲੋਂ ਸ਼ਹਿਰ ਚ ਕੀਤੇ ਗਏ ਰੋਸ ਪ੍ਰਦਰਸ਼ਨ ਚ ਦੁਕਾਨਦਾਰਾਂ ਨੂੰ ਜਬਰੀ ਦੁਕਾਨਾਂ ਬੰਦ ਕਰਨ ਲਈ ਮਜਬੂਰ ਕਰਦੇ ਨੌਜਵਾਨ ਦਿਖਾਈ ਦਿੱਤੇ। ਸਮਿਤੀ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਬਲਵੰਤ ਸਿੰਘ ਭਾਟੀਆ ਅਤੇ ਰਮੇਸ਼ ਸਈਆ ਨੇ ਮੋਦੀ ਸਰਕਾਰ ਵੱਲੋਂ ਸੰਵਿਧਾਨ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਨੇ ਜਨਰਲ ਵਰਗ ਨੂੰ ਆਰਥਿਕ ਆਧਾਰ ਤੇ 10% ਰਾਖਵਾਕਰਨ ਦੇ ਕੇ 90% ਲੋਕਾਂ ਦਾ ਹੱਕ ਮਾਰਿਆ ਹੈ। ਉਹਨਾਂ ਨੇ 200 ਪੁਆਇੰਟ ਰੋਸਟਰ ਪ੍ਰਣਾਲੀ ਨੂੰ ਖਤਮ ਕਰਕੇ ਬਣਾਈ ਗਈ 13 ਪੁਆਇੰਟ ਰੋਸਟਰ ਪ੍ਰਣਾਲੀ ਰੱਦ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਇਹਨਾਂ ਬੁਲਾਰਿਆਂ ਨੇ ਏਵੀਐਮ ਮਸ਼ੀਨ ਵੋਟਿੰਗ ਪ੍ਰਣਾਲੀ ਬੰਦ ਕਰਨ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹਨਾਂ ਮੰਗਾਂ ਤੇ ਗੌਰ ਨਹੀਂ ਕੀਤਾ ਗਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਸਾਡੇ ਸਮੇਂ ਦੀ ਮੌਜੂਦਾ ਸਰਕਾਰ ਜਿਹੜੀ ਕਿ ਵਿਸ਼ੇਸ਼ ਮੋਦੀ ਸਰਕਾਰ ਜਿਸ ਨੇ ਸੰਵਿਧਾਨ ਨਾਲ ਛੇੜਛਾੜ ਕਰਦੇ ਹੁੰਦੇ ਇੱਕ ਗੈਰ ਸੰਵਿਧਾਨਿਕ ਫੈਸਲਾ ਲਿੱਤਾ ਜਿਸ ਦਾ ਅਸਰ ਪੂਰੇ 90% ਲੋਕਾਂ 'ਤੇ ਪੈ ਰਿਹਾ, ਜਿਹੜਾ ਕਿ ਜਨਰਲ ਵਰਗ ਨੂੰ 10% ਆਰਕਸ਼ਣ ਦਿੱਤਾ, ਜਿਹੜਾ ਕਿ ਆਰਥਿਕ ਆਧਾਰ 'ਤੇ ਦਿੱਤਾ ਜੋ ਕਿ ਗੈਰ ਸੰਵਿਧਾਨਿਕ ਹੈ। ਦੂਸਰਾ, ਪਹਿਲਾਂ 200 ਪੁਆਇੰਟ ਰੋਸਟਰ ਪ੍ਰਣਾਲੀ ਸੀ, ਹੁਣ ਉਹਨਾਂ ਨੇ ਬਦਲ ਕੇ 13 ਪੁਆਇੰਟ ਰੋਸਟਰ ਪ੍ਰਣਾਲੀ ਲਾਗੂ ਕਰ ਦਿੱਤੀ ਹੈ, ਜਿਸ ਦੇ ਵਿੱਚ ਪੂਰੀ ਤਰ੍ਹਾਂ ਨਿਖੇਧੀ ਕੀਤੀ ਗਈ ਹੈ ਸਾਡੇ SC ਸਮਾਜ ਦੀ, BC ਸਮਾਜ ਦੀ, ਅਤੇ ਜਿਹੜੇ ਮੂਲ ਨਿਵਾਸੀ ਜਿਹੜੇ ਲੋਕ ਹੈ ਉਹਨਾਂ ਨੂੰ ਰੋਸਟਰ ਪ੍ਰਣਾਲੀ ਦੇ ਮਾਧਿਅਮ ਤੋਂ ਸਰਕਾਰ ਦੇ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਵਾਂਝਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੇਸ਼ ਦੀਆਂ ਵਿਰੋਧੀ ਪਾਰਟੀਆਂ ਦਾ, ਸਮਾਜਵਾਦੀ ਪਾਰਟੀਆਂ ਦਾ ਜਿਹੜਾ ਸਰਕਾਰ, ਬਹੁਜਨ ਪਾਰਟੀਆਂ ਦਾ ਜਿਹੜਾ ਸਰਕਾਰ, ਦਲਿਤਾਂ ਦਾ ਸਰਕਾਰ, ਜਿਹੜੀ ਦੇਸ਼ ਦੀ ਸਤ੍ਹਾ 'ਤੇ ਕਾਬਜ਼ ਹੋਊਗੀ। ਔਰ ਇਹ ਜਿਹੜੀ ਸਰਕਾਰ ਹੁਣ ਮੋਦੀ ਨੂੰ ਲਾ ਕੇ ਦੇਸ਼ ਦੀ ਸਤ੍ਹਾ 'ਤੇ ਕਾਬਜ਼ ਹੋਣ ਜਾ ਰਹੀ ਹੈ, ਉਹਨੂੰ ਇੱਕ ਸੁਨੇਹਾ ਅੱਜ ਦਾ ਆਵਾਮ ਇਹ ਦਿੰਦਾ ਕਿ ਸਤ੍ਹਾ 'ਤੇ ਬੈਠਦੇ ਸਾਰ ਸਭ ਤੋਂ ਪਹਿਲਾਂ ਦੇਸ਼ ਧਰੋਹੀ ਦਾ ਮੁਕੱਦਮਾ ਮੋਦੀ ਅਤੇ ਉਹਦੀ ਜੁੰਡਲੀ ਦੇ ਖਿਲਾਫ਼ ਚਲਾਇਆ ਜਾਣਾ ਚਾਹੀਦਾ। ਔਰ ਅੱਜ ਦੇ ਆਵਾਮ ਨੇ ਦੇਸ਼ ਦੀਆਂ ਸੜਕਾਂ 'ਤੇ ਉਤਰ ਕੇ ਇਸ ਗੱਲ ਨੂੰ ਸਾਬਤ ਕੀਤਾ ਕਿ ਮੋਦੀ ਦੇਸ਼ ਦੇ ਲੋਕਾਂ ਨੂੰ ਪ੍ਰਵਾਨ ਨਹੀਂ, ਬ੍ਰਾਹਮਣਵਾਦ ਦੇਸ਼ ਦੇ ਲੋਕਾਂ ਨੂੰ ਪ੍ਰਵਾਨ ਨਹੀਂ, ਮਨੂਵਾਦ ਲੋਕਾਂ ਦੇ ਦੇਸ਼ ਦੇ ਲੋਕਾਂ ਨੂੰ ਪ੍ਰਵਾਨ ਨਹੀਂ। ਆਉਣ ਵਾਲੇ ਜਿਹੜੇ ਦੇਸ਼ ਦੇ ਲੀਡਰ ਸਿਰ ਜੋੜ ਕੇ ਬੈਠਣਗੇ, ਹੋਰ ਪ੍ਰੋਗਰਾਮ ਜਿਹੜੇ ਦੇਸ਼ ਦੇ ਲੋਕਾਂ ਨੂੰ ਦੇਣਗੇ ਉਹਨੂੰ ਪੂਰਾ ਕਰਨ ਲਈ ਵੀ ਅਸੀਂ ਇਸੇ ਤਰ੍ਹਾਂ ਭਵਿੱਖ ਦੇ ਵਿੱਚ ਸੜਕਾਂ 'ਤੇ ਆਉਂਦੇ ਰਹਾਂਗੇ। ਔਰ ਅੱਜ ਦੇ ਜਿਹੜੇ ਭਾਰਤ ਬੰਦ ਹੈ ਉਹਦਾ ਵੀ ਅੱਜ ਇਹੀ ਸੁਨੇਹਾ। ਸੋ ਅਸੀਂ ਮੋਦੀ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਮੋਦੀ ਸਰਕਾਰ ਜੇ ਤਾਂ 2019 ਦੇ ਵਿੱਚ ਆਪਣੀ ਸ਼ਾਖ ਬਚਾਉਣੀ ਹੈ ਤਾਂ ਮਾੜਾ ਮੋਟਾ ਸੋਚ ਸਮਝ ਕੇ ਸਟੈਪ ਲਓ, ਤਾਂ ਕਿ ਇਹ ਜਿਹੜੀ ਜਾਤ ਪਾਤ ਦੀ ਰਾਜਨੀਤੀ ਇਹ ਕਰ ਰਹੇ ਨੇ, ਪਹਿਲਾਂ ਇਹ ਲੋਕਾਂ 'ਤੇ ਇਲਜ਼ਾਮ ਲਾਉਂਦੇ ਹੁੰਦੇ ਸੀ ਜੋ ਦੂਜੀਆਂ ਪਾਰਟੀਆਂ 'ਤੇ ਵੀ, ਉਹ ਜਾਤ ਦੀ ਰਾਜਨੀਤੀ ਕਰਦੇ ਆ, ਪਰ ਅੱਜ ਇਹ ਖੁਦ ਜਾਤ ਪਾਤ ਦੀ ਰਾਜਨੀਤੀ ਕਰਦੇ ਆ, ਇਹ ਧਰਮ ਦੀ ਰਾਜਨੀਤੀ ਕਰਦੇ ਆ, RSS ਦੇ ਨਾਂ ਥੱਲੇ ਇਹ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਸਾਡਾ ਅੱਜ ਦਾ ਜਿਹੜਾ ਇਕੱਠ ਹੈ, ਬਿਲਕੁਲ ਅਸੀਂ ਇਸ ਇਕੱਠ ਤੋਂ ਮਾਧਵ ਰਾਹੀਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ EVM ਦੇ ਰਾਹੀਂ ਜਿਹੜੀ ਵੋਟਿੰਗ ਆ ਉਹ ਬਿਲਕੁਲ ਨਹੀਂ ਮਤਲਬ ਬਰਦਾਸ਼ਤ ਕੀਤੀ ਜਾਊ ਸਾਡੇ ਸਮਾਜ ਵੱਲੋਂ, ਅਤੇ ਦੂਸਰੀ ਅਤੇ ਜਿਹੜੀ ਇਹ ਸਾਡੇ ਸਮਾਜ ਵੱਲੋਂ ਰਿਜ਼ਰਵੇਸ਼ਨ ਨਾਲ ਛੇੜਛਾੜ, ਸੰਵਿਧਾਨ ਨਾਲ ਛੇੜਛਾੜ ਹੋ ਰਹੀ ਹੈ, ਇਹ ਸਾਰੀ ਬੰਦ ਕੀਤੀ ਜਾਵੇ, ਅਤੇ ਨਹੀਂ ਤਾਂ ਫਿਰ ਭਵਿੱਖ ਦੇ ਵਿੱਚ ਜਿਹੜੇ ਇਹਦੇ ਨਤੀਜੇ ਹੋਣਗੇ ਉਹ ਇਹ ਵੀ ਭੁਗਤਣਗੇ ਅਤੇ ਅਸੀਂ ਵੀ ਤਿਆਰ। ਮਾਨਸਾ ਤੋਂ ਜੀਵਨ ਕ੍ਰਾਂਤੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV, NRI।